ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ, 2 ਹਫ਼ਤਿਆਂ 'ਚ ਜਵਾਬ ਦਾਖਲ ਕਰਨ ਦੇ ਦਿੱਤੇ ਹੁਕਮ। ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਵੱਡਾ ਧਮਾਕਾ, ਬੈਂਸ ਭਰਾਵਾਂ ਨੇ ਫੜਿਆ ਕਾਂਗਰਸ ਦਾ ਹੱਥ। ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਲਈ ਵੱਡੀ ਖਬਰ, ਡਿਪਟੀ ਕਮਿਸ਼ਨਰ ਨੇ ਦਿੱਤੀ ਸਿੱਧੀ ਚੇਤਾਵਨੀ। ਬੀਬੀ ਜਗੀਰ ਕੌਰ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ, ਕਿਹਾ ਮੇਰੀ ਮਾਂ ਭੈਣ ਵਰਗੀ ਹੈ ਬੀਬੀ ਜਗੀਰ ਕੌਰ। ਝੋਨੇ ਦੀ ਲੁਆਈ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ, ਕਿਸਾਨਾਂ ਨੂੰ 8 ਘੰਟੇ ਮਿਲੇਗੀ ਬਿਜਲੀ। ਰਵਨੀਤ ਬਿੱਟੂ ਦੀ ਸਰਕਾਰੀ ਰਿਹਾਇਸ਼ ਮਾਮਲੇ 'ਚ ਇਲੈਕਸ਼ਨ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ, ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ। ਪੰਜਾਬ 'ਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ ਤੇ ਹੋਵੇਗੀ ਬਾਰਿਸ਼। ਕੁਲਵੀਰ ਜੀਰਾ ਨੇ ਮਜੀਠੀਆ, ਭੁੱਲਰ ਤੇ ਵਲਟੋਹਾ ਤੇ ਬੋਲਿਆ ਵੱਡਾ ਹਮਲਾ, ਸੁਣਾਈਆਂ ਖਰੀਆਂ ਖਰੀਆਂ। ਪੰਜਾਬ ਸਰਕਾਰ ਅਤੇ ਹਾਈਕੋਰਟ ਦੀ ਸਖ਼ਤੀ ਦੇ ਬਾਵਜੂਦ ਨਜਾਇਜ਼ ਕਲੋਨੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਜ਼ਮੀਨਾਂ ਦੇ ਭਾਅ ਵੀ ਅਸਮਾਨ ਨੂੰ ਛੂਹਣ ਲੱਗੇ ਹਨ। ਪਿਛਲੀ ਕਾਂਗਰਸ ਸਰਕਾਰ ਦੌਰਾਨ ਕੁਝ ਮਹੀਨਿਆਂ 'ਚ ਹੀ ਨਜਾਇਜ਼ ਕਲੋਨੀਆਂ ਦਾ ਬੋਲਬਾਲਾ ਹੋ ਗਿਆ ਸੀ, ਜਿਸ ਵਿੱਚ ਨਗਰ ਨਿਗਮ ਅਤੇ ਪੁੱਡਾ ਅਧਿਕਾਰੀਆਂ ਦੀ ਕਾਫ਼ੀ ਮਿਲੀ ਭੁਗਤ ਸੀ। ਅਤੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਗੈਰ ਕਾਨੂੰਨੀ ਕਲੋਨੀਆਂ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਉਕਤ ਗੈਰ ਕਾਨੂੰਨੀ ਕਲੋਨੀਆਂ ਦੀ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਲਈ 2 ਹਫ਼ਤਿਆਂ ਦਾ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਇਹਨਾਂ ਮੁੱਦਿਆਂ ਨੂੰ ਕਿਵੇਂ ਹੱਲ ਕੀਤਾ ਜਾਵੇ। ਖਾਸ ਤੌਰ 'ਤੇ ਵਾਤਾਵਰਣ ਅਤੇ ਕਾਨੂੰਨੀ ਪਹਿਲੂਆਂ ਨੂੰ ਧਿਆਨ ਵਿੱਚ ਰੱਖੋ। ਗੈਰ ਕਾਨੂੰਨੀ ਕਲੋਨੀਆਂ ਖੇਤਰ ਦੇ ਕੁਦਰਤੀ ਸਰੋਤਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਪ੍ਰਦੂਸ਼ਣ ਦਾ ਕਾਰਨ ਬਣ ਸਕਦੀਆਂ ਹਨ। ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਕਲੋਨੀਆਂ ਨੂੰ ਪੂਰੀ ਤਰ੍ਹਾਂ ਨਾਲ ਮਾਨਤਾ ਦੇਣ ਦੀ ਸਕੀਮ ਤਿਆਰ ਕੀਤੀ ਸੀ, ਜੋ ਕਿ ਅਜੇ ਤੱਕ ਲਟਕ ਰਹੀ ਹੈ। ਸਰਕਾਰ ਨੇ ਕਿਹਾ ਕਿ ਸਾਰੀਆਂ ਨਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ, ਪਰ ਇਸ ਲਈ ਸਰਕਾਰ ਨੇ ਭਾਰੀ ਟੈਕਸ ਲਗਾ ਦਿੱਤੇ ਸਨ, ਜਿਸ ਕਾਰਨ ਕਲੋਨਾਈਜ਼ਰਾਂ ਨੇ ਇਹਨਾਂ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਜੇਕਰ ਸਰਕਾਰ ਟੈਕਸ ਛੋੜ ਦੇ ਕੇ ਗੈਰ ਕਾਨੂੰਨੀ ਕਲੋਨੀਆਂ ਨੂੰ ਨਿਯਮਿਤ ਕਰ ਦਿੰਦੀ ਹੈ ਤਾਂ ਇਸਦਾ ਸਰਕਾਰ ਅਤੇ ਲੋਕਾਂ ਨੂੰ ਦੋਵਾਂ ਨੂੰ ਫਾਇਦਾ ਹੋਵੇਗਾ। ਜਿੱਥੇ ਸਰਕਾਰੀ ਖਜ਼ਾਨਾ ਭਰਿਆ ਜਾਵੇਗਾ, ਉੱਥੇ ਹੀ ਲੋਕਾਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਹੋਵੇਗਾ। ਬੇਸ਼ੱਕ ਪੰਜਾਬ ਦੀ ਭਗਵੰਤ ਮਾਨ ਸਰਕਾਰ ਗੈਰ ਕਾਨੂੰਨੀ ਕਲੋਨੀਆਂ ਨੂੰ ਕਾਨੂੰਨੀ ਰੂਪ ਦੇਣਾ ਚਾਹੁੰਦੀ ਹੈ, ਪਰ ਸਰਕਾਰੀ ਅਫਸਰਸ਼ਾਹੀ ਇਸ ਵਿੱਚ ਝੜੀਕਾ ਪਾ ਦਿੰਦੀ ਹੈ, ਜਿਸ ਕਾਰਨ ਮਾਮਲਾ ਮੁਸ਼ਕਿਲ ਹੋ ਜਾਂਦਾ ਹੈ। ਆਗਾਮੀ ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਦੀ ਸਿਆਸਤ ਵਿੱਚ ਲਗਾਤਾਰ ਫੇਰ ਬਦਲ ਜਾਰੀ ਹਨ। ਅਜਿਹੇ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਜਿੱਥੇ ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਦਿੱਲੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਕਾਂਗਰਸ ਦਾ ਹੱਥ ਫੜ ਲਿਆ ਹੈ। ਸੂਤਰਾਂ ਮੁਤਾਬਿਕ ਉਹ ਦਿੱਲੀ ਵਿਖੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਨ ਲਈ ਗਏ ਹੋਏ ਸਨ, ਜਿਸ ਤੋਂ ਬਾਅਦ ਉਹਨਾਂ ਬਾਰੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਲੋਕ ਸਭਾ ਚੋਣਾਂ 2024 ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਪਹਿਲੀ ਰਿਹਰਸਲ, ਜਿਨ੍ਹਾਂ ਦੇ ਚੋਣ ਕੰਮ ਨੂੰ ਨੇਪਰੇ ਚਾੜਨ ਲਈ PRO APRO ਪੋਲਿੰਗ ਅਫਸਰ ਵਜੋਂ ਡਿਊਟੀ ਲਗਾਈ ਗਈ ਹੈ। ਮੌਕੇ 'ਤੇ ਬਹੁਤ ਸਾਰੇ ਅਧਿਕਾਰੀ ਕਰਮਚਾਰੀ ਹਾਜ਼ਰ ਨਹੀਂ ਹੋਏ, ਜਿਸਦਾ ਜ਼ਿਲ੍ਹਾ ਚੋਣ ਅਫਸਰ ਡਿਪਟੀ ਕਮਿਸ਼ਨਰ ਨੇ ਗੰਭੀਰ ਨੋਟਿਸ ਲੈਂਦਿਆਂ ਉਹਨਾਂ ਖਿਲਾਫ਼ ਕਾਨੂੰਨੀ ਅਤੇ ਅਨੁਸ਼ਾਸਨੀ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਨੂੰ ਨਿੱਜੀ ਤੌਰ 'ਤੇ ਸੁਣਨ ਦਾ ਆਖਰੀ ਮੌਕਾ ਦਿੱਤਾ ਹੈ। ਡਿਪਟੀ ਕਮਿਸ਼ਨਰ ਵੱਲੋਂ ਇਹਨਾਂ ਅਧਿਕਾਰੀਆਂ ਕਰਮਚਾਰੀਆਂ ਨੂੰ 13 ਮਈ ਯਾਨੀ ਅੱਜ 9 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰੂ ਨਾਨਕ ਦੇਵ ਆਡੀਟੋਰੀਅਮ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਇੱਕ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇ ਕੋਈ ਅਧਿਕਾਰੀ ਕਰਮਚਾਰੀ ਫਿਰ ਵੀ ਆਪਣੀ ਗੈਰ ਹਾਜ਼ਰੀ ਬਾਰੇ ਸਪਸ਼ਟੀਕਰਨ ਦੇਣ ਲਈ ਨਿਰਧਾਰਤ ਮਿਤੀ ਸਥਾਨ 'ਤੇ ਨਹੀਂ ਪਹੁੰਚਦਾ ਤਾਂ ਸਮਝਿਆ ਜਾਵੇਗਾ ਕਿ ਉਹ ਗੈਰ ਹਾਜ਼ਰੀ ਸੰਬੰਧੀ ਕੋਈ ਜਵਾਬ ਦੇਣਾ ਨਹੀਂ ਚਾਹੁੰਦਾ। ਇਸ ਦੇ ਆਧਾਰ 'ਤੇ ਜ਼ਿਲ੍ਹਾ ਚੋਣ ਅਫਸਰ ਵੱਲੋਂ ਸੰਬੰਧਿਤ ਅਧਿਕਾਰੀ ਕਰਮਚਾਰੀ ਵਿਰੁੱਧ ਕਾਨੂੰਨ ਅਨੁਸਾਰ ਅਗਲੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਚੋਣ ਲੜ ਰਹੇ ਹਨ। ਚਰਨਜੀਤ ਸਿੰਘ ਚੰਨੀ ਆਪਣੇ ਚੋਣ ਪ੍ਰਚਾਰਾਂ 'ਚ ਜ਼ੋਰਾਂ ਸ਼ੋਰਾਂ ਨਾਲ ਰੁੱਝੇ ਹੋਏ ਹਨ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਦੀ ਠੋਡੀ 'ਤੇ ਹੱਥ ਲਾਉਣ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਤੇ ਚਰਨਜੀਤ ਸਿੰਘ ਚੰਨੀ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਇੱਕ ਵੀਡੀਓ 'ਚ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਬੀਬੀ ਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਸਮਝਦੇ ਹਨ ਅਤੇ ਇਹ ਭਾਵਨਾ ਪਿਆਰ ਅਤੇ ਸਤਿਕਾਰ ਕਰਨਾ ਹੈ। ਚੰਨੀ ਨੇ ਕਿਹਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਮੈਂ ਆਪਣੀ ਵੱਡੀ ਭੈਣ ਵਾਂਗ ਉਹਨਾਂ ਨੂੰ ਮੱਥਾ ਟੇਕਿਆ ਅਤੇ ਫਿਰ ਉਹਨਾਂ ਨਾਲ ਮਜ਼ਾਕ ਕੀਤਾ। ਮੈਂ ਉਹਨਾਂ ਦਾ ਹੱਥ ਆਪਣੇ ਮੱਥੇ 'ਤੇ ਲਾਇਆ ਅਤੇ ਆਸ਼ੀਰਵਾਦ ਲਿਆ। ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੰਦਿਆਂ ਕਿਹਾ ਕਿ ਮੈਂ ਸਾਲਾਂ ਤੋਂ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ, ਆਪਣੀ ਮਾਂ ਸਮਝਦਾ ਆ ਰਿਹਾ ਅਤੇ ਇਸ ਲਈ ਮੈਂ ਉਹਨਾਂ ਅੱਗੇ ਬਹੁਤ ਸਤਿਕਾਰ ਨਾਲ ਸਿਰ ਝੁਕਾਉਂਦਾ ਹਾਂ। ਮੈਂ ਉਹਨਾਂ ਦੀ ਠੋਡੀ ਨੂੰ ਛੂਹਿਆ ਜਿਵੇਂ ਅਸੀਂ ਆਪਣੀ ਭੈਣ ਜਾਂ ਮਾਂ ਨਾਲ ਕਰਦੇ ਹਾਂ। ਪੰਜਾਬ ਸਰਕਾਰ ਨੇ ਪੰਜਾਬ 'ਚ ਝੋਨੇ ਦੀ ਲਵਾਈ ਦੀ ਤਰੀਕ ਤੈਅ ਕਰ ਦਿੱਤੀ ਹੈ। ਲੋਕ ਸਭਾ ਚੋਣਾਂ ਦਾ ਇੱਕ ਹਫ਼ਤਾ ਪੂਰਾ ਹੋਣ ਤੋਂ ਬਾਅਦ ਕਿਸਾਨ ਝੋਨਾ ਲਾਉਣਾ ਸ਼ੁਰੂ ਕਰ ਦੇਣਗੇ। ਝੋਨੇ ਦੀ ਲਵਾਈ ਦਾ ਸਮਾਂ 11 ਜੂਨ ਤੋਂ ਤੈਅ ਕੀਤਾ ਗਿਆ ਹੈ। ਇਹ ਪਿਛਲੇ ਸਾਲ ਨਾਲੋਂ 5 ਦਿਨ ਪਹਿਲਾਂ ਹੈ। ਇਸ ਦੇ ਲਈ ਸੂਬੇ ਨੂੰ 2 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਹਾਲਾਂਕਿ ਝੋਨੇ ਦੀ ਸਿੱਧੀ ਬਿਜਾਈ 15 ਤੋਂ 31 ਮਈ ਤੱਕ ਹੋਵੇਗੀ। ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਮਾਲਵਾ ਖੇਤਰ ਵਿੱਚ ਜ਼ਿਲ੍ਹਾ ਮੁਕਤਸਰ ਸਾਹਿਬ, ਫਰੀਦਕੋਟ, ਮਾਨਸਾ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਕੌਮੀ ਸਰਹੱਦ ਦੇ ਕੰਡਿਆਲੀ ਤਾਰ ਤੋਂ ਪਾਰ ਦੇ ਜ਼ਿਲ੍ਹਿਆਂ ਵਿੱਚ ਜੂਨ ਮਹੀਨੇ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ। ਜਦੋਂ ਕਿ ਪਿਛਲੇ ਸਾਲ ਮਾਲਵੇ ਵਿੱਚ ਝੋਨੇ ਦੀ ਲਵਾਈ 16 ਜੂਨ ਤੋਂ ਸ਼ੁਰੂ ਹੋਈ ਸੀ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ 15 ਜੂਨ ਤੋਂ ਤੈਅ ਕੀਤੀ ਗਈ ਹੈ, ਜਦੋਂ ਕਿ ਪਿਛਲੇ ਸਾਲ 9 ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਦਾ ਆਖਰੀ ਪੜਾਅ 21 ਜੂਨ ਤੋਂ ਸ਼ੁਰੂ ਹੋਇਆ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਵਨ ਸੀ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਰਮਨੀਤ ਸਿੰਘ ਵਿੱਟੂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਬਾਰੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ ਹੈ। ਇਸ ਸ਼ਿਕਾਇਤ ਵਿੱਚ ਰਮਨੀਤ ਸਿੰਘ ਵਿੱਟੂ ਦਾ ਕਹਿਣਾ ਹੈ ਕਿ ਨਗਰ ਨਿਗਮ ਕਮਿਸ਼ਨਰ ਨੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਨੂੰ ਨੋ ਡਿਊ ਸਰਟੀਫਿਕੇਸ਼ਨ ਜਾਰੀ ਨਹੀਂ ਕੀਤਾ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ। ਜ਼ਿਕਰਯੋਗ ਹੈ ਕਿ ਰਮਨੀਤ ਸਿੰਘ ਵਿੱਟੂ ਨੇ ਵਿਨੈ ਪੱਤਰ ਜਮ੍ਹਾਂ ਕਰਨ ਦੇ 48 ਘੰਟਿਆਂ ਦੇ ਅੰਦਰ ਅੰਦਰ ਲੁਧਿਆਣਾ ਦੇ ਮਿਊਂਸੀਪਲ ਕਮਿਸ਼ਨਰ ਵੱਲੋਂ NDC ਜਾਰੀ ਨਾ ਕੀਤੇ ਜਾਣ ਸੰਬੰਧੀ ਪੰਜਾਬ ਚੋਣ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ NDC ਜਾਰੀ ਨਾ ਹੋਣ ਕਰਕੇ ਲੋਕ ਸਭਾ ਚੋਣਾਂ 2024 ਵਿੱਚ ਹਿੱਸਾ ਲੈਣ ਲਈ ਉਹਨਾਂ ਦੀ ਯੋਗਤਾ ਵਿੱਚ ਰੁਕਾਵਟ ਪਈ ਹੈ। ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਚੋਣ ਅਧਿਕਾਰੀ ਨੇ ਪ੍ਰਮੁੱਖ ਸਕੱਤਰ ਨੂੰ ਜਲਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਲਈ ਲਿਖਿਆ ਤਾਂ ਜੋ ਭਾਰਤੀ ਚੋਣ ਕਮਿਸ਼ਨ ਨੂੰ ਇਸ ਮਾਮਲੇ ਸੰਬੰਧੀ ਜਾਣੂ ਕਰਵਾਇਆ ਜਾ ਸਕੇ। ਦੇਸ਼ ਦੇ ਕਈ ਹਿੱਸਿਆਂ ਵਿੱਚ ਪੈ ਰਹੀ ਕੈਰ ਦੀ ਗਰਮੀ ਵਿੱਚ ਮੀਂਹ ਨੇ ਰਾਹਤ ਦਿੱਤੀ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਪੱਛਮੀ ਬੰਗਾਲ, ਜੰਮੂ ਕਸ਼ਮੀਰ ਵਿੱਚ ਇੱਕ ਔਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਤੇਜ਼ ਧੂੜ ਭਰੇ ਤੂਫਾਨ ਤੋਂ ਬਾਅਦ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਹਲਕੀ ਬਾਰਿਸ਼, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਆਮ ਤੌਰ 'ਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਅੱਜ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਗੁਜਰਾਤ ਦੇ ਤੱਟਵਰਤੀ ਖੇਤਰਾਂ ਵਿੱਚ 14 ਮਈ ਤੱਕ ਗਰਮ ਅਤੇ ਨਮੀ ਵਾਲਾ ਮੌਸਮ ਬਣਿਆ ਰਹੇਗਾ। ਕੁਲਵੀਰ ਸਿੰਘ ਜੀਰਾ ਨੇ ਵਿਰੋਧੀਆਂ ਤੇ ਵੱਡਾ ਹਮਲਾ ਬੋਲਿਆ ਹੈ। ਉਹਨਾਂ ਨੇ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਦੀ ਮਾਤਾ ਨੇ ਨਾਮ ਤਾਂ ਵਿਰਸਾ ਰੱਖਿਆ ਸੀ ਪਰ ਉਹਨਾਂ ਕੋਲੋਂ ਆਪਣਾ ਹੀ ਨਹੀਂ ਸੰਭਾਲਿਆ ਜਾ ਰਿਹਾ, ਬਾਕੀ ਉਹ ਕੀ ਸੰਭਾਲਣਗੇ। ਬਿਕਰਮ ਮਜੀਠੀਆ ਦੇ ਤਿੱਖਾ ਹਮਲਾ ਬੋਲਦਿਆਂ ਉਹਨਾਂ ਨੇ ਕਿਹਾ ਕਿ ਮਜੀਠੀਆ ਤੁਹਾਡੇ ਕੋਲ ਆਉਂਦੇ ਹਨ, ਪੁੱਛ ਲੈਣਾ ਕਿ ਤੁਹਾਨੂੰ ਚਿੱਟਾ ਕਿਉਂ ਕਹਿੰਦੇ ਹਨ ਜਾਂ ਫਿਰ ਉਹਨਾਂ ਦੇ ਕੋਈ ਫਲਵੈਰੀ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬੋਲਦਿਆਂ ਕਿਹਾ ਕਿ ਆਪ ਤਾਂ ਡੁੱਬਿਆ, ਸਾਨੂੰ ਵੀ ਲੈ ਡੁੱਬਿਆ, ਇੱਕ ਲਮਰੇਟੇ ਸਕੂਟਰ ਵਾਲੇ ਤੋਂ ਜ਼ਮਾਨਤ ਜ਼ਬਤ ਕਰਵਾ ਲਈ।
ਕੀ ਕੱਢਣ ਪਾਉਣਾ ਚਾਹੁੰਦੇ ਮੈਨੂੰ ਦੱਸੋ ਯਾਰ, ਮੈਂ ਹੈਰਾਨ ਹੋ ਜਾਂਦਾ। ਮੈਨੂੰ ਪਤਾ ਹੁੰਦਾ ਕਿ ਇੱਥੇ ਪਹਿਲਾਂ ਦੂਜਾ ਵੀ ਆਇਆ ਜੀ, ਤੀਜਾ ਵੀ ਆਇਆ। ਅੱਛਾ 30 ਸਾਲ ਤੋਂ ਬੀਜੇਪੀ ਜਿਹੜਾ ਡਰਾਮਾ ਕਰ ਰਹੀ ਹੈ, ਕਦੀ ਉਹ ਸਿੱਧੂ ਨੂੰ ਲੈ ਆਉਂਦੇ ਆ ਕਿ ਬੜਾ ਵੱਡਾ ਸਪੋਰਟਸਮੈਨ ਹੈ ਜੀ, 2 ਵਾਰ MP ਬਣ ਗਿਆ, ਸਪੋਰਟਸਮੈਨ ਵੀ ਸੀਗਾ, ਬੰਦਾ ਵੀ ਸਹੀ ਸੀਗਾ। ਸਰ ਇਹ ਗੱਲ ਗੱਲ ਇਹ ਕਿ ਕੰਮ ਕੀ ਕੀਤਾ, ਵੋਟਾਂ ਕਾਹਦੇ ਲਈ ਲਿਖਿਆ ਸੀਗੇ, ਫਿਰ ਜਿੱਤ ਲਈ ਲਾਏ, ਜਿੱਤ ਲਈ ਗੱਲਾਂ ਸੁਣਾ ਕੇ ਚਲ ਗਿਆ ਬਹੁਤ ਜੀ, ਸ਼ਹਿਰ ਨੂੰ ਏਦਾਂ ਕਰ ਦਿਆਂਗੇ ਜੀ, ਓਦਾਂ ਕਰ ਦਿਆਂਗੇ ਜੀ, ਹਰ ਕੇ ਗਿਆ, ਵਿੱਤ ਮੰਤਰੀ ਬਣ ਗਿਆ, ਸਭ ਤੋਂ ਵੱਡਾ ਮਹਿਕਮਾ ਉਹਨਾਂ ਕੋਲ। ਸਾਨੂੰ ਪਤਾ ਸੀ ਕੈਬਨਿਟ ਦੇ ਵਿੱਚ MLA ਸਾਹਿਬ ਨੂੰ ਪਤਾ ਕਿ ਫਾਈਨਾਂਸ ਮਿਨਿਸਟਰ ਜਿਹੜਾ ਹੁੰਦਾ ਉਹ ਕੋਲ ਕਿੰਨੀਆਂ ਪਾਵਰਾਂ ਹੁੰਦੀਆਂ। 500 ਰੁਪਇਆ ਵੀ ਦਿੱਤਾ ਜੀ ਅੰਮ੍ਰਿਤਸਰ ਨੂੰ। ਅਗਲਾ ਤਜਰਬਾ ਹਰਦੀਪ ਪੁਰੀ ਜੀ ਆਏ, ਉਹ ਵੀ ਕਹਿੰਦੇ ਜੀ ਸ਼ਹਿਰ ਨੂੰ ਏਦਾਂ ਕਰ ਦਿਆਂਗੇ ਜੀ, ਏਦਾਂ ਕਰ ਦਿਆਂਗੇ। ਵੋਟਾਂ ਪਈਆਂ, ਹਰ ਗਿਆ ਥੋੜੀਆਂ ਵੋਟਾਂ ਤੇ, ਮਨਿਸਟਰੀ ਲੈ ਲਈ। 5 ਸਾਲ ਸਾਡੇ ਤੋਂ ਉਹਨਾਂ ਕੋਲ ਪੈਸਾ ਦਿੱਤਾ ਤੇ ਦੱਸੋ ਜੀ। ਹੁਣ 5ਵੀਂ ਵਾਰ 20,000 ਕਿਲੋਮੀਟਰ ਤੋਂ ਸੰਧੂ ਸਾਹਿਬ ਨੂੰ ਲਾਏ, ਹੁਣ ਉਹ ਵੀ ਜਿਹੜੀ ਗੱਲ ਸਿੱਧੂ ਕਹਿੰਦਾ ਸੀ, ਜਿਹੜੀ ਗੱਲ ਜੇਤਲੀ ਕਹਿੰਦਾ ਸੀ, ਜਿਹੜੀ ਗੱਲ ਪੁਰੀ ਸਾਹਿਬ ਕਹਿੰਦੇ ਸੀ, ਉਹ ਹੀ ਹੁਣ ਸਿੱਧੂ ਸਾਹਿਬ ਕਹਿੰਦੇ ਆ। ਤੇ ਸਰ ਇਹਨਾਂ ਲੋਕਾਂ ਨਾਲ ਬਹਿਸ ਕਰਨ ਦਾ ਕੀ ਫਾਇਦਾ ਜੀ, ਇਹਨਾਂ ਨਾਲ ਕੀ ਬਹਿਸ ਕਰੋਗੇ ਤੁਸੀਂ? ਉਹੀ ਝੂਠ ਬੋਲ ਕੇ ਉਦੋਂ ਵੋਟਾਂ ਲੈ ਗਏ, ਉਹੀ ਜੇਤਲੀ ਲੈ ਗਿਆ, ਉਹੀ ਪੁਰੀ ਲੈ ਗਿਆ, ਉਹੀ ਇੱਕ ਹੋਰ ਆ ਗਿਆ, ਤੇ ਅਸੀਂ ਜੀ ਏਦਾਂ ਕਰ ਦਿਆਂਗੇ ਜੀ, ਓਦਾਂ ਕਰ ਦਿਆਂਗੇ ਜੀ। ਸ਼ਹਿਰ ਵਾਲੇ ਤਾਂ ਡਿੱਕਣ ਡਿਆ ਕਿ ਸਾਡੀ ਉਹ ਤੁੰਗ ਢਾਬਾ ਦੀ ਟ੍ਰੇਨ ਠੀਕ ਕਰ ਦਿਓ, ਉਹਦੀ ਕੁਛ ਵੀ ਕਰਨਾ ਕੀ ਹੈ ਸਰ? 10 ਸਾਲ ਤੁਹਾਡੀ ਸਰਕਾਰ ਹੈ, ਸਾਨੂੰ ਇਹ ਦੱਸੋ ਕਿ ਤੁਸੀਂ 10 ਸਾਲਾਂ ਵਿੱਚ ਕੀ ਕੀਤਾ। ਮੋਦੀ ਸਾਹਿਬ ਨੇ ਸਾਡੇ ਸ਼ਹਿਰ ਨੂੰ 10 ਸਾਲਾਂ ਵਿੱਚ ਕੀ ਦਿੱਤਾ, ਬਸ ਗੱਲ ਇੰਨੀ ਹੈ। ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਯਾਰ ਸਹੀ ਸਹੀ ਜਗ੍ਹਾ ਤੇ ਟਾਈਮ ਜਿਹੜਾ ਉਹ ਆਪਣਾ ਲਾਇਆ ਕਰੋ। ਇਹਨਾਂ ਲੋਕਾਂ ਨੇ ਇਹ ਡੋਬਿਆ ਸਾਰਾ, ਸਰ ਇਹਨਾਂ ਲੋਕਾਂ ਨੇ ਡੋਬਿਆ। ਇੱਕ 7.5 ਸਾਲ MP ਰਹਿ ਗਿਆ ਗਜੀਤ ਔਜਲਾ, 7 ਕਿਲੋਮੀਟਰ ਲੰਬੀ ਇੱਕ ਟ੍ਰੇਨ ਨੀ ਬਣੀ, ਆਪਾਂ ਉਹਦੇ ਨਾਲ ਵੀ ਕਹਿੰਦੇ ਸ਼ਹਿਰ ਦਾ ਕੀ ਕਰੇਗਾ ਤੂੰ? ਤੁਸੀਂ ਉਹਦੇ ਕੋਲ ਕੀ ਭਾਲਦੇ ਜੀ? ਜਦ ਫਿਰ ਆਪਾਂ ਨੂੰ ਸਮਝਦੀ ਤੇ ਜਾਂ ਫਿਰ ਅਗਲਾ ਤੁਹਾਨੂੰ ਬੇਵਕੂਫ ਬਣਾ ਦਿਆ। ਸਰ ਸਾਰਾ ਸਾਰਾ ਪੰਜਾਬ ਦੇ ਬੱਚੇ ਪ੍ਰਵਾਸ ਕਰਕੇ ਚਲ ਗਏ ਸਰ, ਬਾਹਰ ਚਲ ਗਏ ਦਬਾਬੇ ਦੇ ਅੰਦਰ। ਤੁਹਾਡੀ ਵੀ ਮੇਰੀ ਵੀ ਇਹੀ ਹਾਲਤ ਹੋਣੀ ਆ, ਆਪਾਂ ਬਜ਼ੁਰਗ ਹੋਣਾ ਸਾਰਿਆਂ ਨੇ। ਜਿਹੜਾ ਬੱਚਾ ਚਲ ਜਾਂਦਾ ਵਾਪਸ ਨੀ ਆਉਂਦਾ, ਉਹ ਨੀ ਮੁੜਦਾ ਮੁੜ ਕੇ, ਉਹ ਕਨੇਡਾ ਚਲ ਜਾਏ, ਅਮਰੀਕਾ ਚਲ ਜਾਏ, ਆਸਟ੍ਰੇਲੀਆ ਚਲ ਜਾਏ, ਕਿਤੇ ਚਲ ਜਾਏ, ਉਹ ਨੀ ਆਉਂਦਾ। ਇੱਥੇ ਪੁਲਿਸ ਵਾਲੇ ਹੋਣੇ ਆ ਕਿਹੜੇ? SHO ਸਾਹਿਬ ਆਪਣਾ ਕਾਨੂੰਨ ਕੀ ਹੈ? ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਤੁਸੀਂ ਅੰਦਰ ਕਰਦੇ ਹੋ ਕਿ ਨਹੀਂ ਕਰਦੇ? ਹੋਣਾ ਹਰ ਕਹਿੰਦਾ ਕਰਦੇ ਆ। ਤੁਹਾਡਾ ਮੁੱਖ ਮੰਤਰੀ ਦਾਰੂ ਦੀ ਬੋਤਲ ਪੀ ਕੇ ਪੰਜਾਬ ਚ ਲਈ ਜਾਂਦਾ ਹੈ, ਮੂੰਹ ਚ ਪਾਓ ਉਹਦੀ ਮਸ਼ੀਨ ਜੀ। ਮੈਂ ਉਹੀ ਕਹਿਣਾ, ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਨੂੰ ਟੱਕਿਆ ਹੁੰਦਾ। ਆ ਤੁਸੀਂ ਦੇਖਿਆ ਪਰਸੋਂ ਕੀ ਹੋਇਆ ਬਠਿੰਡੇ? ਮੈਂ ਤੈਨੂੰ ਦੱਸਦਾ, ਬਠਿੰਡੇ ਇਹਦੀ ਆਦਤ ਹੈ 5 ਵਜੇ ਤੋਂ ਬਾਅਦ ਜ਼ਿਆਦਾ ਕੰਮਣ ਲੱਗ ਜਾਂਦਾ, ਇਹਨੂੰ ਦਾਰੂ ਚਾਹੀਦੀ ਹੈ। ਆਹ ਦੇਖੋ
ਅੱਜ ਕਹਿ ਰਿਹਾ ਬਠਿੰਡੇ ਰੋਡ ਸ਼ੋਅ ਲੇਟ ਹੋ ਗਿਆ, ਪੀਣ ਲੱਗ ਗਿਆ ਲੇਟ ਹੋ ਗਿਆ। ਉਹ ਕਹਿੰਦੇ ਲੋਕੀ ਡੀਕੀ ਜਾਂਦੇ ਆ, ਕਹਿੰਦਾ ਮੈਨੂੰ ਪੀ ਲੈਂਦੇ ਥੋੜੀ। ਜਦੋਂ ਗਿਆ ਹੋਸ਼ ਉੱਡੇ ਸੀ ਤੇ ਗੱਡੀ ਤੋਂ ਨਿਕਲ ਕੇ ਬੋਨਟ ਤੇ ਚੜ ਗਿਆ, ਉੱਥੇ ਭੰਗੜੇ ਪਾਉਣ ਲੱਗ ਗਿਆ। ਫਿਰ ਕੋਈ ਦਿਮਾਗ ਚ ਗਰਮੀ ਚੜ ਗਈ, ਕਹਿੰਦਾ ਬੋਤਲ ਲਿਆਈ ਪਾਣੀ ਦੀ, ਉਹਦੇ ਸਿਰ ਚ ਪਾਉਣ ਲੱਗ ਗਿਆ। ਦੇਖੋ ਮੁੱਖ ਮੰਤਰੀ ਹੈ, ਬੋਤਲ ਸਿਰ ਚ ਪਾਣੀ ਦੀ ਪਾਉਣਾ। ਹੁਣ ਆਹ ਚਲਾਊਗਾ ਪੰਜਾਬ, ਹੁਣ ਇਹਨੇ ਐਕਸੀਡੈਂਟ ਕਰਨਾ ਹੀ ਕਰਨਾ ਹੈ। ਤੇ ਫਿਰ ਆਪ ਗੁਨੇਗਾਰ ਆ ਤਾਂ ਨਹੀਂ ਹੈ, ਇਹਨੇ ਤਾਂ ਠੱਗੀ ਮਾਰਨੀ ਸੀ ਮਾਰ ਲਈ, ਪਛਤਾਉਣਾ ਆਪਾਂ ਨੂੰ ਪੈਣਾ। ਤਾਂਹੀਓ ਮੈਂ ਕਿਹਾ ਇਹਨਾਂ ਨੂੰ ਕੋਈ ਫਿਕਰ ਨਹੀਂ, ਪੰਜਾਬ ਜਿਉਂਦਾ ਮਰਦਾ ਕੁਛ ਹੁੰਦਾ, ਫਿਕਰ ਹੈ ਤੇ ਅਕਾਲੀ ਦਲ ਨੂੰ ਹੈ, ਕਿਉਂਕਿ ਇਹ ਤੁਹਾਡੀ ਪਾਰਟੀ ਹੈ, ਤੁਹਾਡੀ ਪਾਰਟੀ ਹੈ, ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ। ਇਹਨਾਂ ਨੇ ਕੀ ਹੈ, ਝਾੜੂ ਵਾਲਿਆਂ ਨੇ ਦੁਕਾਨ ਬੰਦ ਕਰਕੇ ਕਿਤੇ ਹੋਰ ਲੈ ਜਾਣਗੇ, ਕਾਂਗਰਸੀ ਨੂੰ ਨਹੀਂ ਵੋਟ ਪਾਉਂਦੀ। ਹੁਣ ਮੈਂ ਇੱਕ ਹੋਰ ਪੁੱਛਣਾ ਚਾਹੁੰਦਾ ਖਾਲਸਾ ਜੀ, ਇੱਕ 40 ਸਾਲ ਪਹਿਲੇ 1 ਜੂਨ ਨੂੰ ਕੀ ਹੋਇਆ ਸੀ, ਦਰਬਾਰ ਸਾਹਿਬ ਤੇ ਕਾਂਗਰਸ ਨੇ ਟੈਂਕਾਂ ਤੋਂ ਪਣ ਹਮਲਾ ਕੀਤਾ ਸੀ 40 ਸਾਲ ਪਹਿਲੇ, ਹਲੇ ਇੱਕ ਇਨਸਾਫ ਨਹੀਂ ਹੋਇਆ। 40 ਸਾਲ ਪਹਿਲੇ ਕਾਨਪੁਰ, ਨਾਗਪੁਰ, ਬੰਬਈ, ਦਿੱਲੀ, ਕਲਕੱਤਾ, ਜਿੱਥੇ ਕੋਈ ਸਿੱਖ ਦਿਖਦੇ ਸੀ ਉਹਨੂੰ ਟਹਿਰਾਂ 'ਚ ਫੜ ਕੇ ਅੱਗ ਲਾ ਕੇ ਸਾੜ ਦਿੱਤਾ ਸੀ, ਇੱਕ ਬੰਦਾ ਨਹੀਂ ਫੜਿਆ 40 ਸਾਲ ਪਹਿਲੇ। ਆਹ ਦੇਖੋ ਜੀ ਆਹ ਬੈਠੇ ਹੈ, ਤੇ ਫਿਰ 3 ਵਾਰ ਤੁਸੀਂ ਉਹਨਾਂ ਦੀ ਸਰਕਾਰ ਬਣਾ ਦਿੱਤੀ ਪੰਜਾਬ 'ਚ, 3 ਸਾਲ ਆਪਾਂ ਨੂੰ ਆਹ ਖੂਨ ਆਪਣੇ 'ਚ ਕੀ ਹੈ, ਕੀ ਹੋ ਗਿਆ ਇੱਥੇ? ਤੇ ਹੁਣ 40 ਸਾਲ ਉਸੇ ਦਿਨ ਵੋਟਾਂ ਪੈਣੀਆਂ, ਉਸੇ ਦਿਨ ਵੋਟਾਂ ਪੈਣੀਆਂ। ਜੇ ਫਿਰ ਵੀ ਉਹ ਵੋਟ ਲੈ ਗਏ ਇਹਦਾ ਮਤਲਬ ਆਪਣੀ ਕੌਮ ਪਤਾ ਨਹੀਂ ਕੀ ਹੋ ਗਿਆ, ਮੈਂ ਕਹਿਣਾ ਨਹੀਂ ਜਦੋਂ ਕੀ ਕੀ ਕਹੀਏ, ਕੀ ਦੁੱਖ ਲੱਗਦਾ ਜੇ ਹਲੇ ਵੀ ਵੋਟਾਂ ਲੈ ਗਏ। ਆ ਦੇਖੋ ਹਾਂ, ਆ ਜਿਹੜਾ ਆ ਕੀ ਹੈ ਰਾਜਾ ਬਣੇ, ਇੰਦਰਾ ਗਾਂਧੀ ਦੀ ਫੋਟੋ ਟੀ ਸ਼ਰਟ ਪਾ ਕੇ ਕਹਿੰਦਾ ਮੇਰੀ ਮਾਂ ਜਿਹਨੇ ਤੁਹਾਡੇ ਬੱਚੇ ਅਲ ਆ ਕਾਲ ਦਾ, ਤੇ ਬਿੱਟੂ ਨੇ ਕਿੰਨੇ ਮੁੰਡੇ ਗ੍ਰੈਂਡਫਾਦਰ ਕਿੰਨੇ, ਯਾਰ ਇੱਧਰ ਅੰਮ੍ਰਿਤਧਾਰੀ ਬੰਦਾ ਨੇਕ ਸ਼ਰੀਫ ਹੁੰਦਾ, ਜੇ ਪੜ੍ਹਿਆ ਲਿਖਿਆ, ਜੇ ਇਹਨਾਂ ਨੂੰ ਨੀ ਵੋਟ ਪਾਉਣੀ ਉਹ ਜੇ ਬੰਦਿਆਂ ਨੂੰ ਪਾਉਣੀ ਹੈ ਤੇ ਫਿਰ ਪੰਜਾਬ ਕਿੱਥੇ ਬਚੂ? ਇੱਕ ਤਾਂ ਇਹਨਾਂ ਦੇ ਨਾ ਹੀ ਕਿਤੇ ਕਿਤੇ ਬਿੱਟੂ ਹੈ, ਕੋਈ ਪੱਪੀ ਹੈ, ਪਰ ਕਿਹੜੇ ਜੱਪੀ ਗੱਪੀ, ਇਹ ਜੇ ਬੰਦਿਆਂ ਨੂੰ ਤਾਂ ਤੁਸੀਂ ਵੋਟ ਪਾ ਹੀ ਨਹੀਂ ਸਕਦੇ। ਕਿਉਂਕਿ ਮੈਂ ਆਮ ਆਦਮੀ ਪਾਰਟੀ ਤੇ ਮੈਂ ਸਮਝਦਾ ਸੀ ਵੀ ਉਹਨਾਂ ਦੀ ਸਰਕਾਰ ਨੇ ਕੀ ਕਰਨਾ, ਪਰ ਚੱਲ ਕੱਲ ਬੜਿੰਗ ਦੀ ਜਦੋਂ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਕੋਠੀ ਦਾ ਰੌਲਾ ਤਾਂ ਉਹ ਪਾ ਰਹੇ, ਸਭ ਤੋਂ ਉਹ ਜਵਾਬ ਦੇ ਰਹੇ ਜਿਹੜੇ ਕਿ ਦਰਬਾਰ ਸਰਕਾਰ ਨੂੰ ਦੇਣੇ ਚਾਹੀਦੇ ਆ। ਸਪੋਕਸ ਪਰਸਨ ਉਹ ਬਣਿਆ ਹੋਇਆ, ਸਪੋਕਸ ਪਰਸਨ ਰਾਜਾ ਬੜਿੰਗ ਬੜਿੰਗ ਬਣਿਆ ਹੋਇਆ, ਇਸ ਕਰਕੇ ਕੋਈ ਗੱਲ ਨਹੀਂ। ਮੈਂ ਪਰ ਫਿਰ ਵੀ ਦੁਆ ਕਰੂੰਗਾ ਤੁਹਾਡੇ ਬੱਚਿਆਂ ਨਾਲ, ਤੁਹਾਡੇ ਬੱਚਿਆਂ ਨੂੰ ਕਦੇ ਵੀ ਇਹ ਕੰਮ ਨਾ ਦੇਖਣਾ ਪਵੇ। ਬੱਚੇ ਬੱਚੇ ਹੁੰਦੇ ਆ, ਇਹ ਤੁਹਾਡੇ, ਮੈਂ ਪਰਮਾਤਮਾ ਨੂੰ ਦੁਆ ਕਰੂੰਗਾ ਵੀ ਤੁਹਾਡੇ ਬੱਚੇ ਹੱਸਦੇ ਵਸਦੇ ਰਹਿਣ, ਜੋ ਤੁਸੀਂ ਮੇਰੇ ਬੱਚਿਆਂ ਨੂੰ ਘਰੋਂ ਕੱਢ ਕੇ ਬੇਦਖਲ ਕਰਕੇ ਬੇਕਰਕੇ ਜ਼ਮੀਨਾਂ ਉਹਨਾਂ ਦੀਆਂ ਚੰਗੀਆਂ ਘਰੋਂ ਤੁਸੀਂ ਉਹਨਾਂ ਨੂੰ ਕੱਢ ਤਾ, ਐਡਾ ਮੇਰੇ ਤੇ ਅਸਰ ਆ ਮੈਨੂੰ ਪਤਾ, ਪਰ ਮੈਂ ਇਸ ਵੇਲੇ ਇਲੈਕਸ਼ਨ 'ਚ ਮੈਂ ਸ਼ੋਅ ਨਹੀਂ ਕਰ ਸਕਦਾ, ਮੈਂ ਕਿਸੇ ਨੂੰ ਦਿਖਾ ਨਹੀਂ ਸਕਦਾ ਆਪਣਾ ਦੁੱਖ। ਬੱਚੇ ਉਰੇ ਪੜ੍ਹਾਈ ਉਹਨਾਂ ਦਾ ਜੋ ਕਿਤਾਬਾਂ ਪੈਕ ਕਰਕੇ ਸਿੱਟ ਇੱਕਦਮ, ਜੋ ਉਹਨਾਂ ਦੇ ਖਿਡੌਣੇ ਸਾਰਾ ਕੁਛ ਨਾਲ ਲੈ ਕੇ ਆਏ ਸੀ ਵੀ ਉਰੇ ਅਸੀਂ ਇਕੱਠੇ ਦੋਨੋਂ ਰਹਾਂਗੇ ਇਸੇ ਬਹਾਨੇ।
ਤੇ ਸਾਰੀਆਂ ਸਾਡੀਆਂ ਖੁਸ਼ੀਆਂ ਜਿਹੜੀਆਂ ਉਹ ਤੁਸੀਂ ਮਤਲਬ ਕਹਿਣ ਦਾ ਮੈਂ ਇਸ ਤੋਂ ਵੱਧ ਕੁਛ ਕਹਿੰਦਾ ਨਹੀਂ, ਪਰ ਮੈਨੂੰ ਫਿਕਰ ਇਹ ਆ ਵੀ ਉਹਨਾਂ ਦਾ ਰਹਿਣ ਸਹਿਣ ਦਾ ਇੰਤਜ਼ਾਮ ਕਿੱਥੇ ਹੋ ਰਿਹਾ, ਕਿਹਦੇ ਕੋਲ ਰਹਿ ਰਹੇ ਆ, ਲੱਗਦਾ ਉੱਥੇ ਕੋਈ ਵਸਤਾ ਹੈ ਜਾਂ ਨਹੀਂ ਇਕੱਲਿਆਂ ਨੂੰ ਉਹਨਾਂ ਨੂੰ, ਕਿਉਂਕਿ ਇਹੀ ਮੌਕਾ ਹੈ ਸਭ ਪਾਸੇ ਪਤਾ ਲੱਗਿਆ, ਪਤਾ ਨਹੀਂ ਉਹਨਾਂ ਨੂੰ ਕੋਈ ਕਿਡਨੈਪ ਕਰ ਲਏ ਜਾਂ ਉਹਨਾਂ ਨੂੰ, ਕਿਉਂਕਿ ਮੇਰੀ ਲੜਾਈ ਤਾਂ ਸਿੱਧੀ ਦੇਸ਼ ਵਿਰੋਧੀਆਂ ਨਾਲ, ਮੇਰੀ ਕੋਈ ਨਿੱਜੀ ਲੜਾਈ ਆ, ਮੈਂ ਤਾਂ ਦੇਸ਼ ਦੇ ਦੁਸ਼ਮਣਾਂ ਨਾਲ ਲੜਾਂ, ਵੀ ਉਹਦੇ ਅਮਨ 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 ਸ਼ਾਂਤੀ ਰਹੇ ਉਹਦੇ ਪਿੱਛੇ ਮੈਂ ਹਮੇਸ਼ਾ, ਚਾਹੇ ਅੰਮ੍ਰਿਤਪਾਲ ਆ ਗਏ ਸੀ ਚਾਹੇ ਕੋਈ ਹੋਰ ਸੀ, ਮੈਂ ਤਾਂ ਹਮੇਸ਼ਾ ਲੜਦਾ ਪਿਆ, ਜੇਲ੍ਹਾਂ 'ਚ ਬੈਠੇ ਅੱਜ ਉਹ ਵੀ ਅੱਜ ਖੁਸ਼ ਹੋ ਰਹੇ ਹੋਣੇ ਜੇਲ੍ਹਾਂ 'ਚ ਬੈਠੇ, ਵੀ ਦੇਖੋ ਜਿਹੜੇ ਆਪਣੇ ਆਪ ਨੂੰ ਦੇਸ਼ ਦੇ ਰਾਖੇ ਦੇਸ਼ ਦੇ ਕਾਨੂੰਨ ਖਾਤਰ ਸਾਡੇ ਨਾਲ ਲੜਦੇ ਸੀ, ਅੱਜ ਦੇਖੋ ਉਹਨਾਂ ਦਾ ਦੇਸ਼ ਤੇ ਪੰਜਾਬ ਦੀ ਸਰਕਾਰ ਉਹਨਾਂ ਨਾਲ ਕੀ ਕਰ ਰਹੀ ਹੈ, ਅੱਜ ਉਹ ਸਾਰੇ ਜਿਹੜੇ ਕਾਤਲ ਨੇ ਜਿਹੜੇ ਦੇਸ਼ ਦੇ ਦੁਸ਼ਮਣ ਨੇ ਉਹ ਅੱਜ ਖੁਸ਼ ਹੋ ਰਹੇ ਹੋਣੇ ਆ ਵੀ ਇੱਕ ਪਾਸੇ ਸ਼ਹੀਦ ਸਰਦਾਰ ਬੇਅੰਤ ਸਿੰਘ ਦੀ ਉਹਦੀ ਪਰਿਵਾਰ ਨਾਲ ਹੋ ਕੀ ਰਿਹਾ, ਸਰਕਾਰ ਤੇ ਕਾਂਗਰਸ ਪਾਰਟੀ ਕਰ ਕੀ ਆ ਕਰ ਕੀ ਰਹੀ ਆ ਉਹਨਾਂ, ਇਹ ਦੇਖ ਕੇ ਅੱਜ ਕੱਲ ਨੂੰ ਕਿਸੇ ਨੇ ਕੋਈ ਕੁਰਬਾਨੀ ਨਹੀਂ ਦੇਣੀ ਦੇਸ਼ ਲਈ, ਕੱਲ ਨੂੰ ਕਿਸੇ ਨੇ ਦੇਸ਼ ਲਈ ਖੜਨਾ ਨਹੀਂ ਗਾ।